ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ। ਇਹ ਤਸਵੀਰਾਂ ਨੇ ਸੁਣਾਉਂਦੀਆਂ ਜਿੱਥੇ ਕਿ ਪੁੱਤ ਨੇ ਬੇਰਹਿਮੀ ਨਾਲ ਪਿਓ ਦਾ ਕਤਲ ਕਰ ਦਿੱਤਾ। ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਕੁਝ ਸਮਾਂ ਪਹਿਲਾਂ ਆਰੋਪੀ ਆਪਣੇ ਮਾਮੇ ਦੀ ਕੁੜੀ ਨੂੰ ਭਜਾ ਕੇ ਫਰਾਰ ਹੋ ਗਿਆ ਸੀ ਅਤੇ ਆਰੋਪੀ ਦੇ ਘਰ ਵਾਲੇ ਉਸ ਨੂੰ ਘਰ ਵਿੱਚ ਵੜਨ ਤੋਂ ਇਨਕਾਰ ਕਰਦੇ ਸੀ, ਜਿਸ ਦੇ ਚੱਲਦੇ ਗੁੱਸੇ ਵਿੱਚ ਆਏ ਆਰੋਪੀ ਨੇ ਪਿਓ ਦਾ ਅੱਧੀ ਰਾਤ ਨੂੰ ਕਤਲ ਕਰ ਦਿੱਤਾ। ਉਧਰ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਇਸ ਮਾਮਲੇ ਨੂੰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਡਾ ਬ੍ਰਦਰ ਸੀਗੀ, ਉਹ ਮੇਰੇ ਮਾਮੇ ਦੀ ਕੁੜੀ ਨੂੰ ਲੈ ਕੇ ਭੱਜ ਗਿਆ ਸੀਗਾ ਜੀ, ਦੋ ਢਾਈ ਸਾਲ ਪਹਿਲਾਂ ਜੀ। ਉਹ ਅਸੀਂ ਉਹਨੂੰ ਘਰੇ ਨਹੀਂ ਵੜਨ ਦਿੰਦੇ ਸੀਗੇ, ਉਹਨੂੰ ਅਸੀਂ ਕੱਢਦੇ ਸੀਗੇ, ਉਹ ਰੋਜ਼ ਲੜਾਈ ਰਹਿੰਦੀ ਸੀ, ਇਸ ਕਰਕੇ ਉਹਨੇ ਉਹ ਕਰਤਾ ਜੀ। ਕੱਲ੍ਹ ਆ ਕੇ ਮੇਰੇ ਡੈਡੀ ਦੇ ਸੱਟਾਂ ਮਾਰੀਆਂ ਜੀ, ਉਹਦੇ ਲਈ ਉਹ ਸੀਗੀ ਨਲਕੇ ਦੀ ਡੰਡੀ ਸੀ, ਉਹਦੇ ਨਾਲ ਮੇਰੇ ਡੈਡੀ ਦੀ ਡੈਥ ਕਰਤੀ ਜੀ। ਹੁਣ ਕੀ ਮੰਗ ਕਰਦੇ ਸੀ? ਇਨਸਾਫ ਹੋਣਾ ਚਾਹੀਦਾ ਜੀ, ਬਸ ਕਾਰਵਾਈ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ। ਇਹ ਦੇਖ ਮੇਰੀ ਮੰਮੀ ਤੋਂ ਪਤਾ ਲੱਗਿਆ ਜੀ ਸਾਨੂੰ, ਅਤੇ ਮੇਰੀ ਮੰਮੀ ਹੋਰਾਂ ਨੂੰ ਪਹਿਲਾਂ ਵੀ ਜੀ ਇੱਦਾਂ ਹੀ ਕਰਦਾ ਸੀ। ਹਾਂਜੀ ਜਲਸੀਰ ਸਿੰਘ ਮੇਰੇ ਭਾਈ ਹੈ ਜੀ, ਅਤੇ ਮੇਰੇ ਡੈਡੀ ਬਾਬਾ ਸਿੰਘ ਜੀ ਬਹੁਤ ਭੋਲਾ ਸੀ ਜੀ, ਸਾਰੇ ਵਿਹੜੇ ਨੂੰ ਪਤਾ ਜੀ, ਉਹਦਾ ਮੂੰਹ 'ਚ ਬੋਲ ਨਹੀਂ ਤੀ ਜੀ। ਇੱਦਾਂ ਮੇਰਾ ਘਰ ਪਵਾਉਣ ਗਿਆ ਜੀ, ਦੇਖ ਮੈਨੂੰ ਵੀ ਉੱਥੇ ਬੁੱਠਾ ਬੋਲ ਕੇ ਆਇਆ ਜੀ, ਮੇਰੇ ਨਾਲ ਹੁਣ ਕੋਈ ਵਰਤ ਵਰਤੇਵਾ ਨਹੀਂ ਸੀਗਾ, ਕੋਈ ਉਹਨੇ ਭੈਣ ਵਾਲਾ ਮੇਰੇ ਨਾਲ ਵੀ ਨਹੀਂ ਰਿਸ਼ਤਾ ਰੱਖਿਆ ਜੀ, ਇਹਦੇ ਵਿੱਚ ਕੀ ਲੁੱਕ ਹੈ ਜੀ। ਹਜੇ ਇੱਦਾਂ ਉਹਦੇ ਘਰ ਵਾਲੀ ਕਹਿੰਦੀ ਜੀ ਇਹਨੇ ਦੂਸਣ ਮਾਰਿਆ ਜੀ, ਹੁਣ ਸਾਨੂੰ ਵੀ ਡਰ ਹੈ ਜੀ ਪੂਰਾ। ਅਸੀਂ ਤਾਂ ਜਿਹਨੂੰ ਅਮਰ ਪੈਦ ਕੈਦ ਕਰਾਉਣਾ ਚਾਹੁੰਦੇ ਹਾਂ, ਸਾਨੂੰ ਤਾਂ ਪੂਰਾ ਖਤਰਾ ਹੈ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।